ਖਬਰ ਪੜਤਾਲ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਵੀ ਅਸੀਂ ਪੰਜਾਬ ਦੀਆਂ ਸਿਆਸਤ ਦੀਆਂ ਖਬਰਾਂ ਤੇ ਪੜਤਾਲ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਮੌਜੂਦ ਨੇ ਸੁਰਿੰਦਰ ਡੱਲਾ ਜੀ। ਡੱਲਾ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ। ਡੱਲਾ ਜੀ, ਪਹਿਲਾ ਸਵਾਲ ਆਪਾਂ ਕਰਾਂਗੇ ਸੁਖਪਾਲ ਸਿੰਘ ਖਹਿਰਾ ਹੁਣਾਂ ਦੀ ਨਵੀਂ ਪਾਰਟੀ ਨੂੰ ਲੈ ਕੇ। ਨਵੀਂ ਪਾਰਟੀ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਹੁਣਾਂ ਦੀ ਮੈਂਬਰੀ ਰੱਦ ਕਰਾਉਣ ਤੇ ਲੱਗੇ ਹੋਏ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਨੇ ਹਰਪਾਲ ਚੀਮਾ, ਅਮਨ ਅਰੋੜਾ, ਉਹਨਾਂ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਉਨੀ ਦੇਰ ਹੀ ਸੁਖਪਾਲ ਸਿੰਘ ਖਹਿਰਾ ਆਪਣੀ ਵਿਧਾਇਕੀ ਦਾ ਆਨੰਦ ਮਾਣ ਸਕਦੇ ਨੇ ਜਿੰਨੀ ਦੇਰ ਤੱਕ ਆਮ ਆਦਮੀ ਪਾਰਟੀ ਦੇ ਲੀਡਰ ਚਾਹੁਣਗੇ। ਅਸਲ ਦੇ ਵਿੱਚ ਇੱਕ ਕਾਨੂੰਨੀ ਨੁਕਤਾ ਆ ਗਿਆ, ਔਰ ਜਿਹੜੀ ਤੁਸੀਂ ਗੁਰਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਹੈ, ਗੁਰਜੀਤ ਸਿੰਘ ਹੋਰਾਂ ਦੀ ਵੀ ਪੂਰੀ ਕੋਸ਼ਿਸ਼ ਹੋਏਗੀ ਕਿ ਸੁਖਪਾਲ ਸਿੰਘ ਖਹਿਰਾ ਦੀ ਮੈਂਬਰੀ ਖਾਰਜ ਹੋਵੇ। ਕਿਉਂ? ਕਿਉਂਕਿ ਰਾਣਾ ਗੁਰਜੀਤ ਸਿੰਘ ਦਾ ਜਿਹੜਾ ਅਸਤੀਫਾ ਹੋਇਆ ਸੀ ਉਹਦੇ ਪਿੱਛੇ ਸੁਖਪਾਲ ਖਹਿਰਾ ਨੇ ਬਹੁਤ ਵੱਡੀ ਲੜਾਈ ਲੜੀ ਸੀ, ਔਰ ਸਿਆਸਤ ਦੇ ਵਿੱਚ ਪਿੱਛੇ ਪੈ ਗਏ ਨੇ ਰਾਣਾ ਗੁਰਜੀਤ ਬਹੁਤ ਜ਼ਿਆਦਾ, ਕਿਉਂਕਿ ਉਦੋਂ ਵਿਰੋਧੀ ਧਿਰ ਦੇ ਆਗੂ ਸੀ ਸੁਖਪਾਲ ਖਹਿਰਾ, ਔਰ ਮਾਈਨਿੰਗ ਦੇ ਇਲਜ਼ਾਮ ਜਿਹੜੇ ਵੱਡੇ ਵੱਡੇ ਇਲਜ਼ਾਮ ਲਾਏ ਸੀ ਸੁਖਪਾਲ ਖਹਿਰਾ ਨੇ ਵਿਰੋਧੀ ਧਿਰ ਦੇ ਆਗੂ ਹੁੰਦੇ। ਉਹ ਤੋਂ ਬਾਅਦ ਇਹ ਪੂਰਾ ਮਾਮਲਾ ਰਾਹੁਲ ਗਾਂਧੀ ਤੱਕ ਪਹੁੰਚਿਆ ਸੀ। ਰਾਣਾ ਗੁਰਜੀਤ ਦੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਤੱਕ ਸ਼ਿਕਾਇਤਾਂ ਗਈਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਜੀਤ 'ਤੇ ਕਾਰਵਾਈ ਨਹੀਂ ਕਰ ਰਹੇ। ਹਾਲਾਂਕਿ ਰਾਣਾ ਗੁਰਜੀਤ ਨੂੰ ਜਿਹੜਾ ਇੱਕ ਮੈਂਬਰੀ ਕਮਿਸ਼ਨ ਬਣਿਆ ਸੀ ਉਹਨੇ ਵੀ ਦੋਸ਼ੀ ਕਰਾਰ ਨਹੀਂ ਸੀ ਦਿੱਤਾ, ਪਰ ਜਿਸ ਤਰ੍ਹਾਂ ਦੇ ਇਲਜ਼ਾਮ ਉਹਨਾਂ 'ਤੇ ਲੱਗੇ ਸੀ ਉਸ ਵੇਲੇ ਸਿਆਸਤ ਬਹੁਤ ਜ਼ਿਆਦਾ ਗਰਮ ਸੀ। ਪੰਜਾਬ ਦੀ ਸਰਕਾਰ ਨਵੀਂ ਨਵੀਂ ਬਣੀ ਸੀ, ਰੇਤ ਮਾਈਨਿੰਗ ਦੀ ਨਵੀਂ ਨਵੀਂ ਪਾਲਿਸੀ ਆਈ ਸੀ, ਔਰ ਉਸ ਤੋਂ ਬਾਅਦ ਰਾਣਾ ਗੁਰਜੀਤ ਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਵਿਰੋਧੀ ਧਿਰ ਉਦੋਂ ਇਕੱਠਾ ਸੀ। ਉਦੋਂ ਹਰਪਾਲ ਚੀਮਾ, ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੀ ਅਗਵਾਈ ਦੇ ਵਿੱਚ ਬਹੁਤ ਵੱਡਾ ਅੰਦੋਲਨ ਕਰ ਰਹੇ ਸੀ। ਸੋ ਉਦੋਂ ਦੇ ਰਾਣਾ ਗੁਰਜੀਤ ਸਿੰਘ ਮੰਤਰੀ ਦੇ ਤੌਰ ਦੇ ਉੱਤੇ ਪਟੜੀ ਤੋਂ ਲਏ ਸੀ, ਅੱਜ ਤੱਕ ਉਹ ਮੰਤਰੀ ਨਹੀਂ ਬਣ ਸਕੇ, ਔਰ ਹੁਣ ਰਾਣਾ ਗੁਰਜੀਤ ਵੀ ਕਾਨੂੰਨਵਿਦਾਂ ਦੀ, ਵਕੀਲਾਂ ਦੀ ਸਲਾਹ ਲੈ ਰਹੇ ਨੇ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪਾਰਟੀ ਐਲਾਨ ਦਿੱਤੀ ਹੈ ਬਤੌਰ ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿੰਦੇ, ਤਾਂ ਕੀ ਉਹਨਾਂ ਦੇ ਉੱਪਰ ਦਲ ਬਦਲ ਕਾਨੂੰਨ ਲਾਗੂ ਹੁੰਦਾ ਜਾਂ ਨਹੀਂ ਹੁੰਦਾ? ਕਾਨੂੰਨੀ ਜਾਣਕਾਰੀ ਜੁਟਾ ਰਹੇ ਨੇ ਰਾਣਾ ਗੁਰਜੀਤ ਸਿੰਘ, ਔਰ ਪਤਾ ਇਹ ਲੱਗਿਆ ਕਿ ਰਾਣਾ ਗੁਰਜੀਤ ਸਿੰਘ ਅਗਲੇ ਹਫ਼ਤੇ ਸੋਮਵਾਰ, ਮੰਗਲਵਾਰ ਜਾਂ ਬੁੱਧਵਾਰ ਦੇ ਦਿਨ ਸਿੱਧੇ ਤੌਰ ਦੇ ਉੱਤੇ ਮੰਗ ਕਰ ਸਕਦੇ ਨੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੋਲੋਂ ਜਿਹੜੀ ਮੈਂਬਰੀ ਹੈ ਕਿ ਉਹ ਜਾਇਜ਼ ਹੈ ਜਾਂ ਉਹ ਨਹੀਂ ਜਾਇਜ਼। ਇਹ ਸੂਤਰਾਂ ਦੇ ਹਵਾਲੇ ਦੇ ਨਾਲ ਖਬਰ ਆਈ ਹੈ, ਮੈਂ ਸਪਸ਼ਟ ਕਰਦਾ ਰਾਣਾ ਗੁਰਜੀਤ ਨਾਲ ਇਸ ਮਾਮਲੇ ਦੇ ਵਿੱਚ ਮੇਰੀ ਸਪਸ਼ਟ ਤੌਰ 'ਤੇ ਹਜੇ ਗੱਲ ਨਹੀਂ ਹੋਈ, ਪਰ ਮੰਨਿਆ ਹੀ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਿ ਰਾਣਾ ਗੁਰਜੀਤ ਸਿੰਘ ਵੀ ਸਲਾਹ ਲੈ ਰਹੇ ਨੇ ਕਿਉਂਕਿ ਰਾਣਾ ਗੁਰਜੀਤ ਸਿੰਘ ਵੀ ਵਿਧਾਨ ਸਭਾ ਦੇ ਮੈਂਬਰ ਨੇ, ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਵੀ ਇਹਨਾਂ ਤਿਆਰੀਆਂ ਦੇ ਵਿੱਚ ਕਾਨੂੰਨੀ ਰਾਏ ਲੈ ਰਹੇ ਨੇ ਕਿ ਹੁਣ ਸੁਖਪਾਲ ਸਿੰਘ ਖਹਿਰਾ ਦੀ ਮੈਂਬਰੀ ਨੂੰ ਵਿਧਾਨ ਸਭਾ ਦੇ ਵਿੱਚ ਕਿਵੇਂ ਚੁਣੌਤੀ ਦਿੱਤੀ ਜਾਵੇ, ਔਰ ਪੂਰੀ ਕੋਸ਼ਿਸ਼ ਕਰਨਗੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਰਾਜਨੀਤਿਕ ਤੌਰ ਦੇ ਉੱਤੇ ਆਪਣੀ ਪਾਰਟੀ ਬਣਾ ਲਈ ਹੈ। ਕੋਈ ਸ਼ੱਕ ਨਹੀਂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਦਿਆਂ ਨੂੰ ਬਹੁਤ ਚੰਗੀ ਤਰ੍ਹਾਂ ਚੱਕਿਆ। ਰਾਣਾ ਗੁਰਜੀਤ ਸੁਖਪਾਲ ਸਿੰਘ ਖਹਿਰਾ ਨੇ LOP ਦੇ ਵਿੱਚ ਇਸ ਤਰ੍ਹਾਂ ਦੀ ਭੂਮਿਕਾ ਅਦਾ ਕੀਤੀ ਹੈ ਜਿਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਅੱਜ ਤੱਕ ਪੰਜਾਬ ਦੇ ਵਿੱਚ ਅਜਿਹਾ LOP ਨਹੀਂ ਆਇਆ। ਸੋ ਲੀਡਰ ਆਫ ਓਪੋਜੀਸ਼ਨ ਅੱਜ ਤੱਕ ਅਜਿਹਾ ਨਹੀਂ ਆਇਆ, ਪਰ ਜਦੋਂ ਆਪਣੀ ਪਾਰਟੀ ਬਣਾ ਲਈ ਹੈ ਸੁਖਪਾਲ ਸਿੰਘ ਖਹਿਰਾ ਨੇ ਮੁੱਢਲੀ ਮੈਂਬਰਸ਼ਿਪ ਤੋਂ ਆਮ ਆਦਮੀ ਪਾਰਟੀ ਦੀ ਅਸਤੀਫਾ ਦੇ ਕੇ, ਤਾਂ ਇੱਕ ਬਹੁਤ ਵੱਡਾ ਕਾਰਨ ਬਣ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਕੋਲ। ਬਹੁਤ ਸੰਭਾਵਨਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸ਼ਿਕਾਇਤ ਲੈ ਕੇ ਜਾ ਸਕਦੇ ਨੇ ਵਿਧਾਨ ਸਭਾ ਦੇ ਸਪੀਕਰ ਕੋਲ, ਰਾਣਾ ਗੁਰਜੀਤ ਸਿੰਘ ਵੀ ਸ਼ਿਕਾਇਤ ਲੈ ਕੇ ਜਾ ਸਕਦੇ ਨੇ ਵਿਧਾਨ ਸਭਾ ਦੇ ਸਪੀਕਰ ਕੋਲੋਂ, ਔਰ ਕੋਈ ਹੋਰ ਜਿਹੜਾ ਵਿਧਾਇਕ ਹੈ ਉਹ ਵੀ ਸ਼ਿਕਾਇਤ ਦੇ ਸਕਦਾ ਜਿਹੜਾ ਸੁਖਪਾਲ ਸਿੰਘ ਖਹਿਰਾ ਤੋਂ ਜ਼ਿਆਦਾ ਨਾਰਾਜ਼ ਰਹਿੰਦਾ। ਔਰ ਇਹ ਖਬਰਾਂ ਨੇ ਜਿਹੜੀਆਂ ਬਾਹਰ ਆ ਰਹੀਆਂ ਨੇ ਕਿ ਹੁਣ ਸੁਖਪਾਲ ਖਹਿਰਾ ਦੀ ਮੈਂਬਰੀ ਖਤਮ ਕਰਾਉਣ ਦੇ ਲਈ ਇਹ ਸਾਰੀਆਂ ਧਿਰਾਂ
ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚ ਕਰ ਸਕਦੀਆਂ ਨੇ। ਜੇ ਅਜਿਹਾ ਹੁੰਦਾ ਤਾਂ ਫਿਰ ਇਹ ਦੇਖਣ ਵਾਲੀ ਗੱਲ ਰਹੂਗੀ ਕਿ ਕੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਵਿਚਾਰੀ ਜਾਏਗੀ ਕਿ ਕੀ ਦਲ ਬਦਲ ਕਾਨੂੰਨ ਹੈ ਜਿਹੜਾ ਉਹ ਸੁਖਪਾਲ ਸਿੰਘ ਖਹਿਰਾ 'ਤੇ ਲਾਗੂ ਹੁੰਦਾ ਜਾਂ ਨਹੀਂ ਹੁੰਦਾ, ਕਿਉਂਕਿ ਹਾਲੇ ਤੱਕ ਅਗਰ ਤੁਸੀਂ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਤਾਂ ਤੁਹਾਨੂੰ 2/3 ਬਹੁਮਤ ਹੈ ਜਿਹੜਾ ਉਹ ਚਾਹੀਦਾ। ਔਰ ਸੁਖਪਾਲ ਖਹਿਰਾ ਰਾਜਨੀਤਿਕ ਮੰਚਾਂ ਤੋਂ ਐਲਾਨ ਕਰ ਚੁੱਕੇ ਨੇ, ਪੰਜਾਬੀ ਏਕਤਾ ਪਾਰਟੀ ਉਹਨਾਂ ਨੇ ਆਪਣੀ ਬਣਾ ਲਈ ਹੈ, ਸੋ ਹੋ ਸਕਦਾ ਕਿ ਉਹਨਾਂ ਦੀ ਵਿਧਾਇਕੀ ਨੂੰ ਹੁਣ ਚੁਣੌਤੀ ਮਿਲੇ ਆਉਂਦੇ ਦਿਨਾਂ ਦੇ ਵਿੱਚ, ਔਰ ਇਹਦੇ 'ਤੇ ਹੁਣ ਨਜ਼ਰ ਅਸੀਂ ਲਗਾਤਾਰ ਬਣਾ ਕੇ ਰੱਖਾਂਗੇ। ਪਰ ਮੈਂ ਇਹ ਜ਼ਰੂਰ ਕਹਿ ਦਿੰਦਾ ਕਿ ਸੁਖਪਾਲ ਸਿੰਘ ਖਹਿਰਾ ਨੇ ਜਿਹੜੀ ਇਹ ਪਾਰਟੀ ਬਣਾਈ ਹੈ ਉਹਦੇ ਨਾਲ ਇੱਕ ਨਵੀਂ ਧਿਰ ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਪੇਸ਼ ਕਰ ਦਿੱਤੀ ਹੈ, ਔਰ ਤੀਜੀ ਧਿਰ ਮੰਨ ਲਓ ਚਾਹੇ ਚੌਥੀ ਧਿਰ ਮੰਨ ਲਓ, ਨਵੀਂ ਧਿਰ ਪੰਜਾਬ ਦੀ ਸਿਆਸਤ ਦੇ ਵਿੱਚ ਸੁਖਪਾਲ ਖਹਿਰਾ ਨੇ ਇੱਕ ਖੜ੍ਹੀ ਕਰ ਦਿੱਤੀ ਹੈ, ਉਹਨਾਂ ਦਾ ਕੁਨਬਾ ਵੱਧ ਰਿਹਾ। ਮਨਪ੍ਰੀਤ ਬਾਦਲ ਦੇ ਨਾਲ ਕਈ ਲੀਡਰ, ਜਦੋਂ ਮਨਪ੍ਰੀਤ ਬਾਦਲ ਨੇ ਆਪਣੀ ਪਾਰਟੀ ਬਣਾਈ ਸੀ, PPP ਬਣਾਈ ਸੀ ਮਨਪ੍ਰੀਤ ਬਾਦਲ ਨੇ, ਉਹਨਾਂ ਦੇ ਨਾਲ ਜੁੜੇ ਹੋਏ ਕਈ ਲੀਡਰ ਵੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਆ ਗਏ ਨੇ। ਔਰ ਮੈਂ ਅੱਜ ਇਹ ਵੀ ਇੱਕ ਬਹੁਤ ਵੱਡਾ ਇੱਥੇ ਖੁਲਾਸਾ ਕਰਨਾ ਚਾਹੁੰਦਾ ਹਾਂ ਕਿ ਜਿਹੜੀ HS ਫੂਲਕਾ ਉਹਨਾਂ ਨੇ ਆਪਣੀ ਸੀਟ ਵਿਹਲੀ ਕੀਤੀ ਹੈ, HS ਫੂਲਕਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੀ ਮੈਂਬਰੀ ਤੋਂ ਬਾਅਦ, ਉਸ ਤੋਂ ਬਾਅਦ ਇਹ ਸੀਟ ਵਿਹਲੀ ਹੈ। ਔਰ ਸੁਖਪਾਲ ਖਹਿਰਾ ਦੀ ਪਾਰਟੀ ਪੰਜਾਬੀ ਏਕਤਾ ਪਾਰਟੀ ਚੋਣ ਲੜੇਗੀ ਹਲਕਾ ਦਾਖਾ ਦੀ ਵਿਧਾਨ ਸਭਾ ਦੀ। ਸੋ ਜੇ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਹਲਕਾ ਦਾਖਾ 'ਚ ਵਿਧਾਨ ਸਭਾ ਦੀ ਚੋਣ ਲੜਦੀ ਹੈ ਤਾਂ ਮੈਂ ਦੱਸ ਦੇਵਾਂ 10 ਤੋਂ 12 ਹਜ਼ਾਰ ਜਿਹੜੇ ਪਰਿਵਾਰ ਨੇ ਉਹ ਸਿੱਧੇ ਅਤੇ ਅਸਿੱਧੇ ਤੌਰ ਦੇ ਉੱਤੇ NRI ਪਰਿਵਾਰ ਨੇ ਹਲਕਾ ਦਾਖਾ ਦੇ ਵਿੱਚ। HS ਫੂਲਕਾ ਬਹੁਤ ਵੱਡੇ ਮਾਰਜਨ ਤੋਂ ਉੱਥੋਂ ਜਿੱਤੇ ਸੀ, ਸੋ ਉੱਥੇ ਸੁਖਪਾਲ ਖਹਿਰਾ ਦੀ ਜਿਹੜੀ ਪਾਰਟੀ ਹੈ ਉਹ ਚੋਣ ਲੜ ਸਕਦੀ ਹੈ। ਔਰ ਮੈਨੂੰ ਲੱਗਦਾ ਹੈ ਲਗਭਗ ਤਿਆਰੀ ਬਣਾ ਲਈ ਹੈ ਸੁਖਪਾਲ ਖਹਿਰਾ ਨੇ, ਕਿਉਂਕਿ ਜਦੋਂ ਸੁਖਪਾਲ ਖਹਿਰਾ ਨੇ ਜਿਹੜੀ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਸੀ PPP ਦੇ ਦੌਰਾਨ, ਜਿਸ ਉਮੀਦਵਾਰ ਨੇ ਚੋਣ ਲੜੀ ਸੀ ਮਨਪ੍ਰੀਤ ਬਾਦਲ ਦੀ ਪਾਰਟੀ 'ਚੋਂ, ਉਹ ਵੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਉੱਥੇ ਬੈਠੇ ਹੋਏ ਸੀ, ਉਹਨਾਂ ਨੇ ਮੁੱਲਾਪੁਰ ਦਾਖਾ ਹਲਕੇ ਤੋਂ ਚੋਣ ਲੜੀ ਸੀ। ਸੋ ਬਹੁਤ ਸੰਭਾਵਨਾ ਹੈ ਕਿ ਉਹ ਚੋਣ ਲੜ ਸਕਦੇ ਨੇ ਹਲਕਾ ਦਾਖਾ ਤੋਂ। ਸੋ ਹਲਕੇ ਦਾਖੇ ਦੀ ਗੱਲ ਹਜੇ ਤੱਕ ਕਿਸੇ ਦੇ ਧਿਆਨ ਦੇ ਵਿੱਚ ਨਹੀਂ ਆਈ, ਮੈਂ ਉਹ ਵੀ ਸਾਰਵਜਨਿਕ ਕਰਾਂ। ਸੁਖਪਾਲ ਖਹਿਰਾ ਜਿੱਥੇ ਪਾਰਲੀਮੈਂਟ ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ, ਦਾਖੇ ਸੀਟ ਦੀ ਚੋਣ ਵੀ ਨਾਲ ਲੜਨਗੇ। ਸੋ ਜਿਹੜੀ ਪੰਜਾਬੀ ਏਕਤਾ ਪਾਰਟੀ ਹੈ, ਅਗਰ ਦਾਖੇ ਤੋਂ ਜਿੱਤ ਜਾਂਦੀ ਸੀ ਸੁਖਪਾਲ ਖਹਿਰਾ ਦਾ ਉਮੀਦਵਾਰ, ਅਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਖਾਤਾ ਜਿਹੜਾ ਹੈਗਾ ਉਹ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਦਾ ਖੁੱਲ੍ਹ ਸਕਦਾ। ਸੋ ਇਹ ਇੱਕ ਨਵਾਂ ਪੁਆਇੰਟ ਹੈ ਜਿਹਦੇ ਉੱਤੇ ਜ਼ਰੂਰ ਇਸ ਵਕਤ ਆਉਂਦੇ ਦਿਨਾਂ ਦੇ ਵਿੱਚ ਖੁੱਲ੍ਹ ਕੇ ਸਿਆਸਤ, ਜਗਦੀਸ਼ ਜੀ, ਪੰਜਾਬ ਦੀ ਸਿਆਸਤ 'ਚ ਹੋਏਗੀ। ਜੀ ਡੱਲਾ ਸਾਹਿਬ, ਭਗਵੰਤ ਮਾਨ ਸਾਹਿਬ ਦੀ ਗੱਲ ਕਰਦੇ ਹਾਂ, ਭਗਵੰਤ ਮਾਨ ਸੰਗਰੂਰ ਤੋਂ ਹੀ ਚੋਣਾਂ ਲੜਨਗੇ ਜਾਂ ਕਿਤੇ ਹੋਰ ਤੋਂ ਚੋਣਾਂ ਲੜ ਸਕਦੇ ਨੇ? ਦੂਜੀ ਗੱਲ, ਖਬਰਾਂ ਇਹ ਵੀ ਆ ਰਹੀ ਨੇ ਕਿ ਸੁਖਪਾਲ ਖਹਿਰਾ ਜੋ ਨੇ ਉਹ ਭਗਵੰਤ ਮਾਨ ਦੇ ਖਿਲਾਫ ਚੋਣਾਂ ਲੜ ਸਕਦੇ ਨੇ, ਕਿੰਨੀ ਕੁ ਸੱਚਾਈ ਹੈ ਇਸ ਗੱਲ? ਦੇਖੋ, ਇਹ ਗੱਲ 2 ਤਰ੍ਹਾਂ ਨਾਲ ਚੱਲ ਰਹੀ ਹੈ। ਵੱਖ ਵੱਖ ਟੈਲੀਵਿਜ਼ਨ ਚੈਨਲਾਂ ਦੇ ਨਾਲ ਸੁਖਪਾਲ ਖਹਿਰਾ ਨੇ ਇੰਟਰਵਿਊ ਦੇ ਕੇ ਉਹਨਾਂ ਨੇ ਸੰਭਾਵਨਾ ਪ੍ਰਗਟ ਕੀਤੀ ਹੈ, ਕਿਉਂਕਿ ਲੋਕ ਸੁਖਪਾਲ ਖਹਿਰਾ 'ਤੇ ਦਬਾਅ ਬਣਾ ਰਹੇ ਨੇ ਕਿ ਉਹ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ। ਲੋਕ ਚਾਹੁੰਦੇ ਨੇ ਕਿ ਕਿਸੇ ਵੱਡੇ ਪਰਿਵਾਰ ਦੇ ਖਿਲਾਫ, ਜਿਵੇਂ ਬਾਦਲ ਪਰਿਵਾਰ ਹੈ ਪੰਜਾਬ 'ਚ, ਉਹਨਾਂ ਦੇ ਖਿਲਾਫ ਚੁਣੌਤੀ ਪੇਸ਼ ਕਰਨ ਸੁਖਪਾਲ ਖਹਿਰਾ। ਵੱਡੀ ਗਿਣਤੀ 'ਚ ਜਿਹੜੇ NRIs ਨੇ ਉਹਨਾਂ ਦੀ ਵੀ ਇਹ ਮੰਗ ਹੈ ਕਿ ਤੁਸੀਂ ਬਾਦਲ ਪਰਿਵਾਰ ਦੇ ਖਿਲਾਫ ਚੋਣ ਲੜੋ। ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਉੱਥੋਂ ਚੋਣ ਲੜਦੇ ਨੇ, ਹੁਣ ਵੀ ਉੱਥੋਂ ਸਿਟਿੰਗ MP ਨੇ, ਕੇਂਦਰੀ ਮੰਤਰੀ ਨੇ। ਸੁਖਪਾਲ ਖਹਿਰਾ ਦਾ ਵੀ ਆਪਣਾ ਮਨ ਹੈ ਕਿ ਮੈਂ ਬਠਿੰਡੇ ਤੋਂ ਚੋਣ ਲੜ ਸਕਦਾ ਕਿਉਂਕਿ ਲੋਕ ਜ਼ਿਆਦਾ ਉੱਥੋਂ ਚਾਹੁੰਦੇ ਨੇ। ਪਰ ਦੂਜੇ ਪਾਸੇ ਬਹੁਤ ਵੱਡੀ ਗਿਣਤੀ 'ਚ ਸੁਖਪਾਲ ਖਹਿਰਾ ਦੇ ਸਮਰਥਕ ਨੇ ਜਿਹੜੇ, ਉਹ ਚਾਹੁੰਦੇ ਨੇ ਕਿ ਤੁਸੀਂ ਭਗਵੰਤ ਮਾਨ ਦੇ ਖਿਲਾਫ ਸੰਗਰੂਰ ਤੋਂ ਚੋਣ ਲੜੋ। ਇਸ ਕਰਕੇ ਥੋੜ੍ਹੀ ਜਿਹੀ ਦੁਚਿੱਤੀ ਦੀ ਸਥਿਤੀ ਦੇ ਵਿੱਚ ਜ਼ਰੂਰ ਹੈਗੇ ਨੇ ਸੁਖਪਾਲ ਖਹਿਰਾ। ਪਰ ਮੈਂ ਸਪਸ਼ਟ ਤੌਰ ਦੇ ਉੱਤੇ ਮੈਨੂੰ ਮਹਿਸੂਸ ਹੋ ਰਿਹਾ ਕਿ ਸੁਖਪਾਲ ਖਹਿਰਾ ਚੋਣ ਲੜਨਗੇ ਬਠਿੰਡਾ ਤੋਂ,
ਹਾਲਾਂਕਿ ਉਹਨਾਂ ਦਾ ਮਨ ਬਠਿੰਡਾ ਲਈ ਹੈ, ਪਰ ਦਬਾਅ ਜਿਹੜਾ ਲੋਕਾਂ ਦਾ ਉਹ ਬਹੁਤ ਜ਼ਿਆਦਾ ਹੈ। ਵੱਡੀ ਗਿਣਤੀ 'ਚ ਲੋਕ ਕਹਿ ਰਹੇ ਨੇ ਕਿ ਤੁਸੀਂ ਬਠਿੰਡੇ 'ਚ ਲੜੋ, ਬਹੁਤ ਵੱਡੀ ਗਿਣਤੀ 'ਚ ਲੋਕ ਕਹਿ ਰਹੇ ਨੇ ਕਿ ਤੁਸੀਂ ਸੰਗਰੂਰ ਤੋਂ ਲੜੋ। ਇਸ ਕਰਕੇ ਇਹ ਗੱਲ ਉੱਠੀ ਹੈ ਭਗਵੰਤ ਮਾਨ ਦੇ ਖਿਲਾਫ ਚੋਣ ਲੜਨ ਦੀ, ਪਰ ਮੈਨੂੰ ਲੱਗਦਾ ਕਿ ਉਹ ਸੰਗਰੂਰ ਤੋਂ ਨਹੀਂ, ਉਹ ਬਠਿੰਡੇ ਤੋਂ ਚੋਣ ਲੜਨਗੇ। ਔਰ ਮੈਨੂੰ ਇਹ ਲੱਗਦਾ ਕਿ ਸਿਮਰਜੀਤ ਬੈਂਸ ਦੇ ਭਰਾ ਨੇ ਬਲਵਿੰਦਰ ਬੈਂਸ, ਕਿਉਂਕਿ ਗਠਬੰਧਨ 'ਚ ਆ ਜਾਣਾ, ਵੱਡੇ ਚਿਹਰਿਆਂ ਦੇ ਖਿਲਾਫ ਚੋਣ ਲੜਨਗੇ, ਇਹ ਰਣਨੀਤੀ ਰਹੇਗੀ। ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਚੋਣ ਲੜਨਗੇ ਬੀਬੀ ਪਰਨੀਤ ਕੌਰ ਦੇ ਖਿਲਾਫ, ਸੁਖਪਾਲ ਖਹਿਰਾ ਜੇ ਲੜਦੇ ਨੇ ਬੀਬੀ ਹਰਸਿਮਰਤ ਕੌਰ ਦੇ ਖਿਲਾਫ, ਸਿਮਰਜੀਤ ਬੈਂਸ ਹੈ ਉਹ ਲੁਧਿਆਣਾ 'ਚ ਰਵਨੀਤ ਬਿੱਟੂ ਦੇ ਖਿਲਾਫ ਲੜਨਗੇ, ਬਲਵਿੰਦਰ ਬੈਂਸ ਨੇ ਜਿਹੜੇ ਉਹ ਸੰਗਰੂਰ ਤੋਂ ਲੜਨਗੇ। ਹਾਂ, ਇਹ ਜ਼ਰੂਰ ਹੋ ਸਕਦਾ ਹੈ ਇੱਕ ਵੱਡਾ ਰਾਜਨੀਤਿਕ ਪੱਤਾ ਖੇਡਦੇ ਹੋਏ ਕਿ ਸਿਮਰਜੀਤ ਬੈਂਸ ਸੰਗਰੂਰ ਚਲੇ ਜਾਣ, ਖਹਿਰਾ ਸਾਹਿਬ ਬੀਬੀ ਹਰਸਿਮਰਤ ਕੌਰ ਦੇ ਖਿਲਾਫ ਲੜਨ, ਸਿਮਰਜੀਤ ਬੈਂਸ ਹੋ ਸਕਦਾ ਭਗਵੰਤ ਮਾਨ ਦੇ ਖਿਲਾਫ ਲੜ ਪੈਣ, ਔਰ ਬਲਵਿੰਦਰ ਬੈਂਸ ਜਿਹੜੇ ਸਿਮਰਜੀਤ ਬੈਂਸ ਦੇ ਭਰਾ ਨੇ ਸਨਅਤੀ ਕੇਂਦਰ ਲੁਧਿਆਣਾ ਤੋਂ ਈਸਟ ਮਾਫ ਕਰਨਾ ਲੁਧਿਆਣਾ ਤੋਂ ਜਿਹੜਾ ਇੱਕ ਹਲਕਾ ਹੈ ਸ਼ੇਰਪੁਰ ਇਲਾਕੇ ਵਾਲਾ, ਉੱਥੋਂ ਉਹ ਚੋਣ ਲੜ ਸਕਦੇ ਨੇ ਰਵਨੀਤ ਬਿੱਟੂ ਦੇ ਖਿਲਾਫ। ਇਹ ਹੋ ਸਕਦਾ ਕਿ ਜੇ ਖਹਿਰਾ ਸਾਹਿਬ ਬਠਿੰਡੇ ਚਲੇ ਜਾਣ ਬੀਬੀ ਹਰਸਿਮਰਤ ਦੇ ਖਿਲਾਫ, ਅਤੇ ਸਿਮਰਜੀਤ ਬੈਂਸ ਚੋਣ ਲੜਨ ਭਗਵੰਤ ਮਾਨ ਦੇ ਖਿਲਾਫ, ਇਹ ਵੀ ਜਿਹੜੀ ਸੰਭਾਵਨਾ ਇਹ ਬਣ ਸਕਦੀ ਹੈ, ਕਿਉਂਕਿ ਭਗਵੰਤ ਮਾਨ ਦਾ ਅਤੇ ਸਿਮਰਜੀਤ ਬੈਂਸ ਦਾ ਵੀ ਛੱਤੀ ਦਾ ਅੰਕੜਾ ਬਣਿਆ ਹੋਇਆ, ਸੁਖਪਾਲ ਖਹਿਰਾ ਦਾ ਬੀਬੀ ਹਰਸਿਮਰਤ ਕੌਰ ਬਾਦਲ ਦਾ ਛੱਤੀ ਦਾ ਅੰਕੜਾ ਬਣਿਆ ਹੋਇਆ, ਔਰ ਸਿਆਸਤ ਦੇ ਵਿੱਚ ਬਲਵਿੰਦਰ ਬੈਂਸ ਰਵਨੀਤ ਬਿੱਟੂ ਦੇ ਖਿਲਾਫ ਆ ਕੇ ਲੁਧਿਆਣੇ 'ਚ ਚੋਣ ਲੜ ਲੈਣ, ਇਹ ਵੀ ਸੰਭਾਵਨਾਵਾਂ ਨੇ ਜਿਹੜੀਆਂ ਰਾਜਨੀਤਿਕ ਤੌਰ 'ਤੇ ਬਣ ਰਹੀਆਂ ਨੇ। ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਹਲਕਾ ਦਾਖਾ ਦੇ ਵਿੱਚੋਂ ਵੀ ਹਰਪਾਲ ਖਹਿਰਾ ਦਾ ਉਮੀਦਵਾਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੈ ਜਿਹੜੀ ਉਹ ਲੜਨਗੇ, ਔਰ ਉੱਥੇ ਲੋਕ ਇਨਸਾਫ ਪਾਰਟੀ ਦਾ ਸਮਰਥਨ ਹੋਏਗਾ ਸੁਖਪਾਲ ਖਹਿਰਾ ਦੇ ਜਿਹੜਾ ਉਮੀਦਵਾਰ ਹੋਏਗਾ ਉਹਨੂੰ। ਸੋ ਇਹ ਜਿਹੜੀਆਂ ਚਾਰ ਸੀਟਾਂ ਨੇ ਵੱਡੀਆਂ, ਦੋਵੇਂ ਭਰਾ ਸਿਮਰ ਬੈਂਸ ਬਲਵਿੰਦਰ ਬੈਂਸ ਔਰ ਸੁਖਪਾਲ ਖਹਿਰਾ ਔਰ ਡਾਕਟਰ ਧਰਮਵੀਰ ਗਾਂਧੀ, ਇਹਨਾਂ ਤੋਂ ਇਲਾਵਾ ਮਾਸਟਰ ਬਲਦੇਵ, ਮੈਨੂੰ ਲੱਗਦਾ ਇਹ ਵੀ ਸੰਭਾਵਨਾ ਕਿ ਉਹ ਆਪਣਾ ਅਸਤੀਫਾ ਦੇਣ ਆਉਂਦੇ ਦਿਨਾਂ ਦੇ ਵਿੱਚ, ਔਰ ਉਹ ਲੜ ਸਕਦੇ ਨੇ ਕਿਉਂਕਿ ਉਹ ਜੈਤੋਂ ਦੇ ਵਿਧਾਇਕ ਨੇ, ਉਹ ਰਾਖਵੇਂ ਕਰਨ ਵਾਲਾ ਜਿਹੜਾ ਜ਼ਿਲ੍ਹਾ ਫਰੀਦਕੋਟ ਉੱਥੋਂ ਦੀ ਸੀਟ ਹੈ ਲੋਕ ਸਭਾ ਦੀ, ਮਾਸਟਰ ਬਲਦੇਵ ਰਾਜ ਉੱਥੋਂ ਚੋਣ ਲੜ ਸਕਦੇ ਨੇ, ਇਹ ਸੰਭਾਵਨਾਵਾਂ ਮੈਨੂੰ ਲੱਗਦੀਆਂ ਨੇ। ਪਰ ਬਾਕੀ ਹਲੇ ਵਕਤ ਪਿਆ, ਹਜੇ ਕੋਡ ਆਫ ਕੰਡਕਟ ਦੂਰ ਹੈ, ਔਰ ਮੈਨੂੰ ਇਹ ਵੀ ਲੱਗਦਾ ਕਿ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਨੂੰ ਦਿਨ ਰਹਿ ਗਏ ਨੇ ਥੋੜ੍ਹੇ, 3 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ, ਅਪ੍ਰੈਲ ਦੇ ਵਿੱਚ ਪਹਿਲੇ ਹਫ਼ਤੇ 'ਚ ਵੋਟਾਂ ਪੈ ਸਕਦੀਆਂ ਨੇ ਜਾਂ 15 ਅਪ੍ਰੈਲ ਤੋਂ ਬਾਅਦ ਵੋਟਾਂ ਪੈ ਸਕਦੀਆਂ ਨੇ। ਬੱਚਿਆਂ ਦੇ ਇਮਤਿਹਾਨ ਨੇ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਕਢਾ ਦੂਗਾ, ਫਰਵਰੀ 'ਚ ਸ਼ੁਰੂ ਹੋ ਜਾਣੇ ਨੇ 10+2 ਦੇ ਬੱਚਿਆਂ ਦੇ ਇਮਤਿਹਾਨ, ਔਰ ਮੈਨੂੰ ਲੱਗਦਾ ਇਹ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਸਾਰੇ ਇਮਤਿਹਾਨ ਖਤਮ ਹੋ ਜਾਣੇ ਨੇ। ਪਿਛਲੀ ਵਾਰ ਵੀ ਇਸੇ ਤਰ੍ਹਾਂ ਹੋਇਆ ਸੀ, ਅਪ੍ਰੈਲ 15 ਤੋਂ ਬਾਅਦ ਵੀ ਵੋਟਾਂ ਪੈ ਸਕਦੀਆਂ ਨੇ ਦੇਸ਼ ਦੀਆਂ ਲੋਕ ਸਭਾ ਦੀਆਂ, ਕਿਉਂਕਿ ਮਈ ਦੇ ਵਿੱਚ ਹਰ ਹਾਲਤ ਦੇ ਵਿੱਚ ਨਵੀਂ ਸਰਕਾਰ ਬਣਨੀ ਹੈ। ਸੋ ਜਨਵਰੀ ਲਗਭਗ ਅਸੀਂ ਖਾਤਮੇ ਵਾਲੇ ਪਾਸੇ ਆ ਗਏ ਹਾਂ, ਲੋਹੜੀ ਆਉਣ ਵਾਲੀ ਹੈ, ਦਿਨ 3-4 ਰਹਿ ਗਏ ਨੇ, ਅੱਧੀ ਜਨਵਰੀ ਰਹਿ ਗਈ, ਫਰਵਰੀ ਰਹਿ ਗਈ, ਫਰਵਰੀ ਵੈਸੇ ਹੀ 28 ਦਿਨਾਂ ਦੀ ਹੁੰਦੀ ਹੈ, ਅੱਧੀ ਜਨਵਰੀ, ਫਰਵਰੀ, ਮਾਰਚ ਔਰ 7-8 ਦਿਨ ਤੁਸੀਂ ਲਾ ਲਓ ਅਪ੍ਰੈਲ ਦੇ। ਸੋ 3 ਮਹੀਨੇ 88-99 ਦਿਨ ਨੇ ਜਿਹੜੇ ਉਹ ਚੋਣਾਂ 'ਚ ਰਹਿ ਗਏ ਨੇ। ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਸੁਖਪਾਲ ਖਹਿਰੇ ਦੀ ਪਾਰਟੀ ਹੈ ਜਿਹੜੀ ਉਹ ਪੰਜਾਬ 'ਚ ਹੋਰ ਸਿਆਸੀ ਗਰਮੀ ਦਊਗੀ, ਸਮੀਕਰਨ ਪੰਜਾਬ ਦੇ ਵਿੱਚ ਤਿਕੋਣੇ ਤਾਂ ਜ਼ਰੂਰ ਬਣਾ ਦੇਣਗੇ। ਆਮ ਆਦਮੀ ਪਾਰਟੀ ਨੂੰ ਮੈਂ ਤਿਕੋਣੇ ਮੁਕਾਬਲੇ ਦੇ ਵਿੱਚ ਨਹੀਂ ਮੰਨਦਾ, ਇਹ ਮੇਰਾ ਆਪਣਾ ਅਨੁਮਾਨ ਹੈ। ਆਮ ਆਦਮੀ ਪਾਰਟੀ ਵਾਲੇ ਨਾਰਾਜ਼ ਨਾ ਹੋਣ, ਉਹ ਆਪਣੀ ਮਿਹਨਤ ਜਾਰੀ ਰੱਖਣ, ਪਰ ਤਿਕੋਣਾ ਮੁਕਾਬਲਾ ਮੈਨੂੰ ਇਹ ਲੱਗਦਾ ਕਿ ਇਹਨਾਂ 4-5 ਸੀਟਾਂ 'ਤੇ ਤਾਂ ਸੁਖਪਾਲ ਖਹਿਰਾ ਦੀ ਪਾਰਟੀ ਦੇ ਨਾਲ ਹੀ ਹੋਊਗਾ, ਕਾਂਗਰਸ ਬੀਜੇਪੀ ਦਾ, ਕਾਂਗਰਸ ਅਕਾਲੀ ਭਾਜਪਾ ਦਾ, ਕਾਂਗਰਸ ਦਾ ਅਤੇ ਸੁਖਪਾਲ ਖਹਿਰਾ ਦੇ ਧੜੇ ਦਾ, ਇਹ ਮੇਰੇ ਆਪਣੇ ਅਨੁਮਾਨ ਨੇ। ਡੱਲਾ ਸਾਹਿਬ, ਕੋਰੀਡੋਰ ਨੂੰ ਲੈ ਕੇ ਲਗਾਤਾਰ ਸਿਆਸਤ ਹੋ ਰਹੀ ਹੈ,
ਬੀਬੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਵੀ ਕੈਪਟਨ ਦਾ ਘਿਰਾਓ ਕੀਤਾ। ਉਧਰ ਕੈਪਟਨ ਸਾਹਿਬ ਮੋਦੀ ਤੇ ਨਿਸ਼ਾਨਾ ਸਾਧ ਰਹੇ ਨੇ। ਸੋ ਇਸ ਕਿਸਮ ਦੀ ਸਿਆਸਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਦਬਾਅ ਵਾਲੀ ਸਿਆਸਤ ਜ਼ਿਆਦਾ ਇਸ ਵਕਤ। ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਬਹੁਤਾ ਜ਼ਿਆਦਾ ਨਰਿੰਦਰ ਮੋਦੀ ਸਾਹਿਬ ਦੇ ਖਿਲਾਫ ਬੋਲਦੇ ਨਹੀਂ ਸੀ। ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਕੈਪਟਨ ਅਮਰਿੰਦਰ ਨੇ ਪੰਜਾਬ ਦੀ ਸਰਕਾਰ ਚਲਾਉਣੀ ਹੈ, ਸੋ ਉਹ ਪ੍ਰਧਾਨ ਮੰਤਰੀ ਦੇ ਨਾਲ ਡਿਪਲੋਮੈਟਿਕ ਤਰੀਕੇ ਦੇ ਨਾਲ ਚੱਲਦੇ ਨੇ। ਪਰ ਨਰਿੰਦਰ ਮੋਦੀ ਸਾਹਿਬ ਜਦੋਂ ਗੁਰਦਾਸਪੁਰ ਦੀ ਰੈਲੀ 'ਚ ਆਏ, ਜਦੋਂ ਧੰਨਵਾਦ ਕੀਤਾ ਸੁਖਬੀਰ ਬਾਦਲ ਉਹਨਾਂ ਨੇ ਮੋਦੀ ਸਾਹਿਬ ਦਾ, ਜਦੋਂ ਜ਼ਮੀਨ 'ਤੇ ਡਿੱਗ ਗਈ ਸ਼ਾਲ ਮੋਦੀ ਸਾਹਿਬ ਦੇ ਗਲ 'ਚ ਪਾ ਕੇ ਉਹ ਰੈਲੀ ਦੇ ਵਿੱਚ ਮੋਦੀ ਸਾਹਿਬ ਤੋਂ ਸੰਬੋਧਨ ਕਰਾਇਆ ਗਿਆ, ਉੱਥੇ ਮੋਦੀ ਸਾਹਿਬ ਨੇ ਕੈਪਟਨ ਅਮਰਿੰਦਰ ਦੀ ਸਰਕਾਰ 'ਤੇ ਤਿੱਖੇ ਸਿਆਸੀ ਹਮਲੇ ਕੀਤੇ। ਧੰਨਵਾਦ ਵੀ ਲੈ ਗਏ ਮੋਦੀ ਸਾਹਿਬ, ਚਲੋ ਬਣਦਾ ਵੀ ਹੈ, ਉਹਨਾਂ ਨੇ ਨੀਂਹ ਪੱਥਰ ਰਖਾਇਆ, ਭਾਵੇਂ ਉਹ ਪੱਥਰ ਉੱਥੇ ਨਹੀਂ ਲੱਗਿਆ, ਉਦੋਂ ਰਸਮੀ ਤੌਰ 'ਤੇ ਨੀਂਹ ਪੱਥਰ ਰੱਖਿਆ ਗਿਆ। ਮੋਦੀ ਸਾਹਿਬ ਨੇ ਕਹਿ ਵੀ ਦਿੱਤਾ ਕਿ ਜਲਦ ਕੰਮ ਸ਼ੁਰੂ ਕਰਾਂਗੇ, ਵੱਡੀਆਂ ਵੱਡੀਆਂ ਯੋਜਨਾਵਾਂ ਐਲਾਨੀਆਂ, ਪਰ ਫੇਲ ਕਰਾਰ ਦੇ ਗਏ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ। ਮੋਦੀ ਸਾਹਿਬ ਇਹ ਵੀ ਕਹਿ ਗਏ ਕਿ ਸਕੀਮਾਂ ਨਹੀਂ ਚੱਲਦੀਆਂ ਕੈਪਟਨ ਅਮਰਿੰਦਰ ਦੀ ਸਰਕਾਰ ਤੋਂ, ਨਾਰਾਜ਼ ਹੋ ਗਏ ਕੈਪਟਨ ਅਮਰਿੰਦਰ। ਦੂਜੇ ਪਾਸੇ ਰਾਹੁਲ ਗਾਂਧੀ 'ਤੇ ਦਬਾਅ ਹੈ, ਨਵਜੋਤ ਸਿੰਘ ਸਿੱਧੂ ਹੋ ਗਏ ਜਾਂ ਕਾਂਗਰਸ ਦੇ ਕਈ ਹੋਰ ਲੀਡਰ ਹੋ ਗਏ, ਉਹ ਰਾਹੁਲ ਗਾਂਧੀ ਨੂੰ ਵਾਰ ਵਾਰ ਦੱਸਦੇ ਨੇ ਕੈਪਟਨ ਅਮਰਿੰਦਰ ਬਾਰੇ ਕਿ ਕੈਪਟਨ ਅਮਰਿੰਦਰ ਬਹੁਤਾ ਜ਼ਿਆਦਾ ਨਰਿੰਦਰ ਮੋਦੀ ਸਾਹਿਬ ਦੇ ਖਿਲਾਫ ਸਖਤੀ ਨਾਲ ਨਹੀਂ ਪੇਸ਼ ਆਉਂਦੇ। ਸੋ ਬਿਆਨ ਕੈਪਟਨ ਅਮਰਿੰਦਰ ਨੇ ਦਿੱਤਾ, ਭਾਵੇਂ ਰਾਹੁਲ ਗਾਂਧੀ ਦਾ ਦਬਾਅ ਸਮਝ ਲਓ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪ ਬੁਰਾ ਲੱਗਿਆ ਕਿ ਇੱਕ ਪ੍ਰਧਾਨ ਮੰਤਰੀ ਇਸ ਤਰੀਕੇ ਦੀ ਬਿਆਨਬਾਜ਼ੀ ਮੇਰੇ ਖਿਲਾਫ ਕਰਕੇ ਗਿਆ। ਕੈਪਟਨ ਅਮਰਿੰਦਰ ਵੀ ਡਰਦੇ ਕਿਸੇ ਤੋਂ ਨਹੀਂ ਜਦੋਂ ਉਹ ਕੈਪਟਨ ਅਮਰਿੰਦਰ ਆਪਣੀ ਅਸਲੀ ਫਾਰਮ 'ਚ ਆ ਜਾਣ। ਕੈਪਟਨ ਅਮਰਿੰਦਰ ਨੇ ਸਪਸ਼ਟ ਕਹਿਤਾ ਕਿ ਮੋਦੀ ਸਾਹਿਬ ਇੱਕ ਪੈਸਾ ਨਹੀਂ ਅੱਜ ਤੱਕ ਆਇਆ, ਤੁਹਾਡਾ ਧੰਨਵਾਦ ਵੀ ਹੋ ਗਿਆ, ਤੁਸੀਂ ਦੱਸੋ ਤੁਸੀਂ ਪੰਜਾਬ ਲਈ ਕੀਤਾ ਕੀ ਹੈ, ਕੋਰੀਡੋਰ ਲਈ ਕੀਤਾ ਕੀ ਹੈ। ਕੋਰੀਡੋਰ ਦੇ ਉੱਤੇ ਲਾਂਘੇ ਦੇ ਉੱਤੇ ਰਾਜਸੀ ਫਾਇਦਾ ਲੈਣਾ ਚਾਹੁੰਦਾ ਅਕਾਲੀ ਦਲ ਵੀ, ਬੀਜੇਪੀ ਵੀ। ਅਕਾਲੀ ਦਲ ਵਾਲੇ ਵੀ ਮੋਦੀ ਸਾਹਿਬ ਦਾ ਧੰਨਵਾਦ ਕਰੀ ਜਾਂਦੇ ਨੇ ਤਾਂ ਕਿ ਨਵਜੋਤ ਸਿੰਘ ਸਿੱਧੂ ਲਾਹਾ ਨਾ ਲੈ ਜੇ। ਆਮ ਲੋਕਾਂ ਨੇ ਤਾਂ ਸਿੱਧੂ ਨੂੰ ਕ੍ਰੈਡਿਟ ਦਿੱਤਾ, ਪਰ ਬੀਜੇਪੀ ਦੀ ਕ੍ਰੈਡਿਟ ਵਾਰ ਚੱਲ ਰਹੀ ਸੀ। ਸੋ ਹੁਣ ਸੁਖਬੀਰ ਬਾਦਲ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਮੋਦੀ ਸਾਹਿਬ ਤਾਂ ਪੈਸਾ ਦੇਣਗੇ ਜੇ ਪੰਜਾਬ ਦੀ ਸਰਕਾਰ ਜ਼ਮੀਨ ਗ੍ਰਹਿਣ ਕਰੇਗੀ, ਅਧਿਗ੍ਰਹਿਣ ਕਰੇਗੀ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਤੀ ਸੰਕਟ 'ਚ ਹੈ, ਮੈਨੂੰ ਨਹੀਂ ਲੱਗਦਾ ਕਿ ਲੈਂਡ ਐਕੁਜ਼ੀਸ਼ਨ ਹੈ ਜਿਹੜੀ ਜ਼ਮੀਨ ਗ੍ਰਹਿਣ ਕਰਨੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਪੱਧਰ 'ਤੇ ਕਰ ਲਊਗੀ। ਪਰ ਕੈਪਟਨ ਅਮਰਿੰਦਰ ਨੇ ਜਿਹੜੀ ਗੱਲ ਕਹੀ ਹੈ ਕਿ ਕੇਂਦਰ ਨੇ ਕੋਈ ਪੈਸਾ ਨਹੀਂ ਭੇਜਿਆ, ਸੋ ਸੁਖਬੀਰ ਬਾਦਲ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਹੈ ਮੋਦੀ ਸਾਹਿਬ ਤੋਂ ਕਿ ਸੂਬੇ ਦੀ ਹਾਲਤ ਖਸਤਾ ਹੈ, ਪਾਕਿਸਤਾਨ ਨੇ ਦੇਖੋ ਕੰਮ ਕਿੱਡੀ ਤੇਜ਼ੀ ਨਾਲ ਸ਼ੁਰੂ ਕਰਤਾ, ਯੂਟਿਊਬ 'ਤੇ ਵੀਡੀਓਜ਼ ਪਈਆਂ ਨੇ, ਬਹੁਤ ਤੇਜ਼ੀ ਨਾਲ ਉੱਥੇ ਕੰਮ ਹੋ ਰਿਹਾ। ਸਾਡੇ ਵਾਲੇ ਪਾਸੇ ਕੰਮ ਹਾਲੇ ਬਹੁਤ ਸ਼ੁਰੂਆਤੀ ਫੀਤਿਆਂ ਵਾਲੇ 'ਤੇ ਹੀ ਹੈ, ਫੀਤੇ ਹੀ ਮਾਰੀ ਜਾ ਰਹੇ ਨੇ, ਹਜੇ ਨਕਸ਼ੇ ਨੁਕਸ਼ੇ ਹੀ ਬਣਦੇ ਆ। ਸੋ ਤੇਜ਼ੀ ਨਾਲ ਪੈਸਾ ਕੇਂਦਰ ਨੂੰ ਭੇਜਣਾ ਚਾਹੀਦਾ, ਸੁਖਬੀਰ ਨੂੰ ਇਹ ਮੰਗ ਵੀ ਕਰਨੀ ਚਾਹੀਦੀ ਹੈ। ਉਹਨਾਂ ਨੇ ਇਹ ਕਹਿਤਾ ਕਿ ਕੈਪਟਨ ਅਮਰਿੰਦਰ ਪਹਿਲਾਂ ਲੈਂਡ ਐਕੁਜ਼ੀਸ਼ਨ ਕਰਨ, ਉਹ ਤੋਂ ਬਾਅਦ ਕੇਂਦਰ ਵੀ ਆਪਣਾ ਪੈਸਾ ਭੇਜੂਗਾ। ਸੋ ਸਥਿਤੀ ਜਿਹੜੀ ਹੈ ਉਹ ਰਾਜਨੀਤਿਕ ਇਲਜ਼ਾਮਾਂ ਵਾਲੇ ਪਾਸੇ ਆ ਗਈ ਹੈ, ਜਦਕਿ ਮਿਲ ਬੈਠ ਕੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ 'ਤੇ ਗੱਲ ਅੱਗੇ ਵਧਣੀ ਚਾਹੀਦੀ ਸੀ। ਜੀ ਡੱਲਾ ਸਾਹਿਬ, ਖਬਰ ਆਈ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਹੁਣ ਵਿਧਾਇਕਾਂ ਨੂੰ ਚੇਅਰਮੈਨੀਆਂ ਨਹੀਂ ਦੇਵੇਗੀ, ਅਤੇ ਚੇਅਰਮੈਨੀਆਂ ਕਿਹਨਾਂ ਨੂੰ ਮਿਲਣਗੀਆਂ? ਅਤੇ ਇਹ ਵੀ ਸੁਣਿਆ ਕਿ ਵਿਧਾਇਕ ਵੀ ਕੁਛ ਨਾਰਾਜ਼ ਵੀ ਹੋਏ ਨੇ ਕਾਂਗਰਸ ਦੇ ਇਸ। ਦੇਖੋ ਸੁਖਬੀਰ, ਮਾਫ਼ ਕਰਨਾ, ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਕੈਪਟਨ ਅਮਰਿੰਦਰ, ਔਰ ਸੂਤਰ ਇਹ ਦੱਸਦੇ ਨੇ ਕਿ ਕੈਪਟਨ ਅਮਰਿੰਦਰ ਨੂੰ ਸਪਸ਼ਟ ਕਹਿਤਾ ਰਾਹੁਲ ਗਾਂਧੀ ਨੇ ਕਿ ਅਸੀਂ ਵਿਧਾਇਕਾਂ ਨੂੰ ਚੇਅਰਮੈਨੀਆਂ ਨਹੀਂ ਦੇਣੀਆਂ, ਅਸੀਂ ਉਹਨਾਂ ਲੋਕਾਂ ਨੂੰ ਚੇਅਰਮੈਨੀਆਂ ਦੇਣੀਆਂ ਨੇ ਜਿਹੜੇ ਗੈਰ ਵਿਧਾਇਕ ਨੇ, ਜਿਨ੍ਹਾਂ ਨੇ ਆਪਣੀਆਂ ਸੀਟਾਂ ਅਹਿਸਾਸ 'ਚ ਛੱਡਤੀਆਂ ਸੀ ਕਿ ਅਸੀਂ ਰੇਸ 'ਚ ਨਹੀਂ ਆਉਂਦੇ, ਸਾਨੂੰ ਵਿਧਾਇਕ ਬਣਾ ਦਿਓ ਅਤੇ ਤੁਸੀਂ ਜਿਹੜੇ ਉਮੀਦਵਾਰ ਨੂੰ ਟਿਕਟ ਦੇਣੀ ਹੈ ਉਹਨੂੰ ਦੇ ਦਿਓ, ਕਿਉਂਕਿ ਕਾਂਗਰਸ 'ਚ ਟਿਕਟ ਦੇ ਦਾਅਵੇਦਾਰ ਵੀ ਬਹੁਤ ਸੀ, ਸਭ ਨੂੰ ਲੱਗਦਾ ਸੀ ਕਿ ਕਾਂਗਰਸ ਦੀ ਸਰਕਾਰ ਬਣ ਜਾਣੀ ਹੈ। ਹੁਣ ਕੈਪਟਨ ਅਮਰਿੰਦਰ ਚਾਹੁੰਦੇ ਸੀ ਕਿ ਕੁਝ ਉਹਨਾਂ ਦੇ ਚਾਹੁਣ ਵਾਲੇ ਨੇ, ਅਸੀਂ ਉਹਨਾਂ ਨੂੰ ਟਿਕਟ ਦੇ ਦਈਏ, ਉਹਨਾਂ ਨੂੰ ਅਸੀਂ ਵਿਧਾਇਕ, ਜਿਨ੍ਹਾਂ ਨੂੰ ਅਸੀਂ ਵਿਧਾਇਕ, ਜਿਨ੍ਹਾਂ ਨੂੰ ਮੰਤਰੀ ਨਹੀਂ ਬਣਾ ਸਕੇ, ਅਸੀਂ ਉਹਨਾਂ ਨੂੰ
ਚੇਅਰਮੈਨ ਲਾ ਦਈਏ। ਕੈਪਟਨ ਅਮਰਿੰਦਰ ਨੇ ਵਿਧਾਨ ਸਭਾ ਦੇ ਵਿੱਚ ਸੋਧ ਬਿੱਲ ਵੀ ਪਾਸ ਕਰਾਇਆ, ਰਾਜਪਾਲ ਸਾਹਿਬ ਕੋਲ ਭੇਜਿਆ ਹੋਇਆ, ਲਾਭ ਦੇ ਅਹੁਦੇ ਤੋਂ ਬਾਹਰ ਵੀ ਕੱਢ ਲਿਆ ਉਹਨਾਂ ਨੇ। ਹੁਣ ਵਿਧਾਇਕਾਂ ਨੂੰ ਚੇਅਰਮੈਨ ਲਾਇਆ ਜਾ ਸਕਦਾ ਜਿੱਥੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਮਿਲੇਗਾ, ਲਾਭ ਦੇ ਅਹੁਦੇ 'ਚ ਨਹੀਂ ਆਉਣਗੇ, ਉਹ ਦੋਹਰੇ ਲਾਭ ਦੇ ਅਹੁਦੇ 'ਚ ਨਹੀਂ ਆਉਣਗੇ। ਪਰ ਰਾਹੁਲ ਗਾਂਧੀ ਨੇ ਜਦੋਂ ਸਪਸ਼ਟ ਕਹਿਤਾ ਕਿ ਅਸੀਂ ਵਿਧਾਇਕ ਲਾਉਣੇ ਨਹੀਂ, ਅਤੇ ਹੁਣ ਉਹਨਾਂ ਵਿਧਾਇਕਾਂ ਦੇ ਸੁਫਨੇ ਟੁੱਟੇ ਨੇ ਜਿਨ੍ਹਾਂ ਨੂੰ ਇਹ ਸੀ ਵੀ ਅਸੀਂ ਮੰਤਰੀ ਵੀ ਨਹੀਂ ਬਣੇ, ਚਲੋ ਅਸੀਂ ਵਿਧਾਇਕ ਬਣ ਜਾਂਗੇ, ਮੰਤਰੀ ਵਰਗੀਆਂ ਤਾਕਤਾਂ ਸਾਡੇ ਕੋਲ ਆ ਜਾਣਗੀਆਂ। ਪਰ ਜਿਹੜੇ ਆਮ ਵਰਕਰ ਨੇ ਉਹ ਖੁਸ਼ ਨੇ, ਉਹਨਾਂ ਨੇ ਆਪਣਾ ਦਬਾਅ ਕੈਪਟਨ ਅਮਰਿੰਦਰ 'ਤੇ ਵਧਾ ਦਿੱਤਾ ਹੈ ਕਿ ਹੁਣ ਰਾਹੁਲ ਗਾਂਧੀ ਵੱਲੋਂ ਵੀ ਹਰੀ ਝੰਡੀ ਹੋ ਗਈ ਹੈ ਕਿ ਆਮ ਲੀਡਰਾਂ ਨੂੰ ਤੁਸੀਂ ਚੇਅਰਮੈਨ ਲਾਓ। ਸੋ ਹੁਣ ਚੇਅਰਮੈਨ ਬਣਨ ਦੀ ਰੇਸ ਆ ਜਿਹੜੀ ਪੰਜਾਬ 'ਚ ਵੱਧ ਗਈ ਹੈ। ਜਿਹੜੇ ਕਾਂਗਰਸ ਦੇ ਦੂਸਰੀ ਅਤੇ ਤੀਸਰੀ ਕਤਾਰ ਦੇ ਲੀਡਰ ਨੇ ਉਹ ਸਾਰੇ ਬੜੀ ਤੇਜ਼ੀ ਕਰ ਰਹੇ ਨੇ ਕਿ ਸਾਨੂੰ ਚੇਅਰਮੈਨੀ ਦਾ ਅਹੁਦਾ ਜਿਹੜਾ ਮਿਲ ਜਾਏ। ਹੁਣ ਦੇਖਦੇ ਆਉਂਦੇ ਦਿਨਾਂ ਦੇ ਵਿੱਚ ਕਿ ਕਦੋਂ ਇਹ ਚੇਅਰਮੈਨੀਆਂ ਵੰਡੀਆਂ ਜਾ ਰਹੀਆਂ ਨੇ, ਪਰ ਮੈਨੂੰ ਲੱਗਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੇਅਰਮੈਨੀਆਂ ਵੰਡੀਆਂ ਜਾਣਗੀਆਂ। ਔਰ ਆਉਂਦੇ ਦਿਨਾਂ 'ਚ ਤੁਸੀਂ ਜਲਦੀ ਅਨਾਊਂਸਮੈਂਟ ਕੈਪਟਨ ਅਮਰਿੰਦਰ ਦੀ ਸੁਣ ਸਕਦੇ ਹੋ ਕਿ ਕਿਹਨੂੰ ਕਿਹਨੂੰ ਚੇਅਰਮੈਨ ਲਾਇਆ ਜਾ ਰਿਹਾ। ਜੀ, ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਪੜਤਾਲ। ਡੱਲਾ ਸਾਹਿਬ ਪ੍ਰੋਗਰਾਮ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਫਿਰ ਤੋਂ ਮੁਲਾਕਾਤ ਹੋਵੇਗੀ, ਧੰਨਵਾਦ, ਬਹੁਤ ਧੰਨਵਾਦ।